ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਪੰਜ ਦੌਰਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਜੋ ਕਿ ਬੇਸਿੱਟਾ ਰਹੀਆਂ। ਇਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਸੱਦੀ ਗਈ 6ਵੇਂ ਗੇੜ ਦੀ ਮੀਟਿੰਗ ਨੂੰ ਰੱਦ ਕੀਤਾ ਗਿਆ। ਇਸ ਤੋਂ ਬਾਅਦ ਕੇਂਦਰ ਸਰਕਾਰ ਦੀ ਤਰਫੋਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਭੇਜੇ ਪ੍ਰਸਤਾਵ ਨੂੰ ਕਿਸਾਨ ਜਥੇਬੰਦੀਆਂ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਵਿੱਚ 12 ਦਸੰਬਰ ਨੂੰ ਦੇਸ਼ ਭਰ ਦੇ ਟੋਲ ਪਲਾਜ਼ਾ ਫ੍ਰੀ ਕਰ ਦਿੱਤੇ ਜਾਣਗੇ, ਦਿੱਲੀ ਜੈਪੁਰ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਅਤੇ 14 ਦਸੰਬਰ ਤੋਂ ਦੇਸ਼ ਭਰ ਵਿੱਚ ਧਰਨੇ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਦਿੱਲੀ ਚੱਲੋ ਦਾ ਨਾਰਾ ਵੀ ਲਗਾਇਆ ਗਿਆ। ਕਿਸਾਨ ਜਥੇਬੰਦੀਆਂ ਦੇ ਇਸ ਕੜੇ ਫੈਸਲੇ ਤੋਂ ਬਾਅਦ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੱਲ ਰਾਤ ਸਿੰਘੂ ਬਾਰਡਰ ਤੇ ਲਗਾਈ ਗਈ ਸਟੇਜ ਤੇ ਅਨਾਊਂਸਮੈਂਟ ਕਰ ਕਿਸਾਨਾਂ ਨੂੰ ਰਾਤ ਭਰ ਅਲਰਟ ਰਹਿਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਹਲਚਲ ਤੇਜ਼ ਹੋ ਗਈ। ਅਨਾਊਂਸਮੈਂਟ ਤੋਂ ਬਾਅਦ ਤੇਜ਼ ਹੋਈ ਹਲਚਲ ਨੂੰ ਦੇਖਦੇ ਹੋਏ ਲੱਖਾ ਸਿਧਾਣਾ ਅਤੇ ਬਲਬੀਰ ਸਿੰਘ ਸਿਰਸਾ ਰਾਤ ਨੂੰ ਸਟੇਜ ਤੇ ਪਹੁੰਚੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਸਟੇਜ ਤੇ ਮੌਜੂਦ ਕੋਈ ਵੀ ਵਿਅਕਤੀ ਅਨਾਊਂਸਮੈਂਟ ਕਰਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਕਿਸਾਨ ਜਥੇਬੰਦੀਆਂ ਨੂੰ ਦੇਵੇ। ਉਹਨਾਂ ਕਿਹਾ ਕਿ ਹੁਣ ਉਹ ਸਮਾਂ ਚਲਾ ਗਿਆ ਕਿ ਸਰਕਾਰ ਕਿਸਾਨਾਂ ਤੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰੇ, ਪਰ ਇਸ ਪ੍ਰਕਾਰ ਦੀਆਂ ਅਫਵਾਹਾਂ ਅੰਦੋਲਨ ਨੂੰ ਖਰਾਬ ਕਰਨ ਅਤੇ ਧਰਨੇ ਵਿੱਚ ਬੈਠੇ ਲੋਕਾਂ ਵਿੱਚ ਬੇਚੈਨੀ ਪੈਦਾ ਕਰਨ ਦੇ ਲਈ ਫੈਲਾਈਆਂ ਜਾ ਰਹੀਆਂ ਨੇ। ਇਹ ਹੁਣ ਅਨਾਊਂਸਮੈਂਟ ਹੋਈ ਹੈ, ਬਿਲਕੁਲ ਇਹ ਸਹੀ ਹੋਈ ਹੈ। ਹਾਂ, ਕਿਉਂਕਿ ਰਾਤ ਨੂੰ ਇੱਥੇ ਕਈ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਜੀ, ਜਿਵੇਂ ਕੱਲ ਰਾਤ ਹੋਇਆ, ਪਰਸੋਂ ਪੁਲਿਸ ਮੁਲਾਜ਼ਮ ਸੀਗੇ ਆਨ ਡਿਊਟੀ ਦਿੱਲੀ ਦੇ, ਜਿਨ੍ਹਾਂ ਤੋਂ 2 ਬੈਗ ਸ਼ਰਾਬ ਦੇ ਫੜੇ ਗਏ ਜੀ। ਉਸ ਤੋਂ ਪਹਿਲਾਂ ਕਈ ਹੋਰ ਫੜੇ ਗਏ ਜਿਹੜੇ ਲੁੱਟਾਂ ਵਿੱਚ ਕੋਈ ਮੋਬਾਈਲ ਚੋਰੀ ਕਰਦਾ ਸੀ। ਹੋ ਸਕਦਾ ਸਰਕਾਰ ਆਪਣੇ ਤੇ ਕੋਈ ਨਾ ਕੋਈ ਰਾਤ ਅੱਜ ਕਰ ਸਕਦੀ ਹੈ, ਕਿਉਂਕਿ ਆਪਣਾ ਪਹਿਰਾ ਦੇਣਾ ਫਰਜ਼ ਬਣਦਾ ਹੈ। ਜਿਹਨੇ ਵੀ ਪਹਿਰਾ ਦਿੰਦੇ ਹਾਂ, ਸਾਡੇ ਜਿੰਨੀਆਂ ਟਰਾਲੀਆਂ ਨੇ ਇੱਥੇ, ਅਸੀਂ 24 ਘੰਟੇ ਪਹਿਰਾ ਰੱਖਦੇ ਹਾਂ ਆਪਦਾ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ, ਜਿੰਨੇ ਵੀਰ ਸੁਣਦੇ ਨੇ, ਵੀ ਹਰ ਇੱਕ ਟਰਾਲੀ ਦੇ ਨਾਲ 5-4 ਸਿੰਘ ਡੰਡੇ ਲੈ ਕੇ ਆਪਦਾ ਪਹਿਰਾ ਦੇਣ। ਜੇ ਕੋਈ ਉਹਨਾਂ ਨੂੰ ਗਲਤ ਬੰਦਾ ਟੱਕਰਦਾ ਤਾਂ ਉਹਨੂੰ ਉੱਥੇ ਫੜ ਲੈਣ ਅਤੇ ਆਪਣਾ ਇਹਨਾਂ ਨਾਲ ਸੰਪਰਕ ਕਰਨ ਜਥੇਬੰਦੀਆਂ ਨਾਲ, ਅਤੇ ਉਹਨੂੰ ਨਾਲ ਦੀ ਨਾਲ ਉਹਦਾ ਜੋ ਕੁਛ ਜਥੇਬੰਦੀਆਂ ਕਹਿਣਗੀਆਂ ਆਪਾਂ ਉਹ ਕਰਨਾ, ਕਿਉਂਕਿ ਆਪਾਂ ਕੁੱਟਮਾਰ ਨਹੀਂ ਨਾ ਕਰਨੀ, ਆਪਾਂ ਸ਼ਾਂਤਮਈ ਬੈਠੇ ਹਾਂ। ਬਿਲਕੁਲ ਜੀ, ਇਹਦੇ ਪਿੱਛੇ ਸਾਰਾ ਸਰਕਾਰੀ ਤੰਤਰ ਦਾ ਹੱਥ ਹੋਊਗਾ, ਕਿਉਂਕਿ ਸਰਕਾਰੀ ਤੰਤਰ ਆਪਣੀ ਨੀਚਤਾ 'ਤੇ ਉਤਰਿਆ ਹੋਇਆ ਹੈ, ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਤੋ ਆਪਾਂ ਨੂੰ ਸਾਰਿਆਂ ਨੂੰ ਆਪਣਾ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਆਪਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਅਤੇ ਇਹਨਾਂ ਦੀ ਹਰੇਕ ਨੀਚ ਹਰਕਤ ਨੂੰ ਆਪਾਂ ਨਿਸਫਲ ਕਰਾਂਗੇ ਅਤੇ ਆਪਣਾ ਮੋਰਚਾ ਫਤਿਹ ਕਰਾਂਗੇ ਜੀ। ਹਾਂ, ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਅਨਾਊਂਸਮੈਂਟ ਹੁਣ ਹੋਈ ਹੈ ਜੀ, ਇਹ ਕੱਲ੍ਹ ਪਰਸੋਂ ਦਾ ਵਾਕਿਆ ਜੀ, ਕੱਲ੍ਹ ਦਾ ਅਤੇ ਸਾਡੇ ਨਾਲ ਦੇ ਮੁੰਡੇ ਸੀ, ਅੱਜ 2-3 ਟੀਵੀਆਂ ਦੇ ਉੱਤੇ ਸਾਡੀ ਇੰਟਰਵਿਊ ਵੀ ਹੋਈ ਆ, ਉਹਦੇ ਵਿੱਚ ਅਸੀਂ ਆਪਣੇ ਸਾਰੇ ਨੌਜਵਾਨ ਨੂੰ ਅਗਾਹ ਵੀ ਕੀਤਾ ਇਸ ਗੱਲ ਵਾਸਤੇ ਕਿ ਜੋ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਕਿ ਕਿੱਦਾਂ, ਮਤਲਬ 3-4 ਕੁੜੀਆਂ ਸੀਗੀਆਂ ਜਿਨ੍ਹਾਂ ਦੇ ਪਿੱਛੇ 3-4 ਮੁੰਡੇ ਆ ਰਹੇ ਸੀ, ਪਰ ਬਹੁਤ ਫਰਕ ਨਾਲ ਸੀਗੇ, ਅਤੇ ਉਹ ਕੁੜੀਆਂ ਦਾ ਯਾਨੀ ਕਿ ਗੱਲਬਾਤ ਕਰਨ ਦਾ ਤਰੀਕਾ ਮਤਲਬ ਇਹੋ ਜਿਹਾ ਸੀ ਕਿ ਆਮ ਸਾਡੀਆਂ ਧੀਆਂ ਭੈਣਾਂ ਉਹ ਗੱਲਾਂ ਨਹੀਂ ਕਰਦੀਆਂ। ਬਿਲਕੁਲ। ਅਤੇ ਉਹਦੇ ਨੂੰ ਦੇਖਦੇ ਕਰਕੇ ਸਾਡੇ ਉਸ ਟਾਈਮ ਅਸੀਂ ਸਟੇਜ 'ਤੇ ਵੀ ਗਏ ਹਾਂ, 2:30 ਦਾ ਟਾਈਮ ਸੀ, ਪਰ ਸਾਨੂੰ ਕੋਈ ਉੱਥੇ ਜਿਹੜਾ ਕੋਈ ਆਗੂ ਨਹੀਂ ਮਿਲਿਆ ਜਿਹਦੇ ਨਾਲ ਅਸੀਂ ਆਪਣੀ ਗੱਲ ਕਰ ਸਕਦੇ, ਪਰ ਅੱਜ ਅਸੀਂ ਟੀਵੀ ਦੇ ਨਾਲ ਇਹ ਗੱਲ ਮਤਲਬ ਸਾਂਝੀ ਕੀਤੀ ਆ। ਅਤੇ ਇਹੀ ਗੱਲ ਆ ਕਿ ਉਸ ਟਾਈਮ ਇਹ ਆ ਕਿ ਸਾਡੇ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਮਤਲਬ ਬਹੁਤ ਵੱਡੀਆਂ ਹੀ ਸਾਜ਼ਿਸ਼ਾਂ ਹੋ ਰਹੀਆਂ, ਬਹੁਤ ਵੱਡੀਆਂ ਸਾਜ਼ਿਸ਼ਾਂ ਹੋਣਗੀਆਂ ਵੀ। ਕੀ ਮੰਨਦੇ ਹੋ ਕਿ ਕਿਸੇ ਤਰ੍ਹਾਂ ਨਾਲ ਹਰ ਤਰੀਕੇ ਦਾ ਦਬਾਅ ਜਿਹੜਾ ਹੈ, ਹਰ ਤਰੀਕੇ ਦੀ ਗੱਲਬਾਤ, ਸੰਘਰਸ਼ ਨੂੰ ਲੰਬਾ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਇਹੀ ਕਾਰਨ ਹੈ ਕਿ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕੇਂਦਰ ਨੂੰ ਵੀ? ਗੌਰਮੈਂਟ ਨੂੰ ਰਸਤਾ ਤਾਂ ਕੀ ਨਜ਼ਰ ਆਉਣਾ ਸੀ, ਗੌਰਮੈਂਟ ਡਰੀ ਪਈ ਆ। ਗੌਰਮੈਂਟ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਆ ਕਿ ਕਿਸਾਨ ਜੋ ਹੈ ਨਾ, ਉਹ ਕਿਸੇ ਵੀ ਹਾਲਤ ਦੇ ਵਿੱਚ ਰੁਕਣ ਨੂੰ ਔਰ ਦਬਣ ਨੂੰ ਤਿਆਰ ਨਹੀਂ ਹੈ, ਔਰ ਹੱਕ ਸੱਚ 'ਤੇ ਪਹਿਰਾ ਦਿੱਤਾ ਸ਼ੁਰੂ ਤੋਂ, ਇਹ ਨਹੀਂ ਕਿ ਅੱਜ ਤੋਂ, ਜਿਉਂ ਸਾਡੇ ਜਹਾਜ਼ ਤੋਂ 500-600 ਸਾਲ ਪੁਰਾਣਾ ਇਤਿਹਾਸ ਫੁੱਲ ਕੇ ਦੇਖ ਲਈਏ ਕਿ ਹੱਕ ਸੱਚ ਦੀ ਲੜਾਈ ਨੂੰ ਧਰਮ ਦਾ ਇੱਕ ਜਿੱਦਾਂ ਕਹਿੰਦੇ ਵੀ ਮੁੱਖ ਅੰਸ਼ ਮੰਨਿਆ ਜਾਂਦਾ, ਜਿਹਦੇ ਮਤਲਬ ਕਰਕੇ ਉਦੋਂ ਤੋਂ ਹੀ ਅਸੀਂ ਸੰਘਰਸ਼ਾਂ ਦੇ ਵਿੱਚ ਲਹਿਰ 'ਚ ਰਹੇ ਹਾਂ। ਬਿਲਕੁਲ। ਅਤੇ ਹਮੇਸ਼ਾ ਹੀ ਅਸੀਂ ਸੰਘਰਸ਼ ਲੜਦੇ ਰਹੇ ਹਾਂ, ਔਰ ਇਸ ਕਰਕੇ ਹੁਣ ਜਿਹੜਾ ਇਸ ਟਾਈਮ ਵਕਤ ਹੈ ਉਹ ਇਕੱਲੇ ਕਿਸਾਨ ਦਾ ਨਹੀਂ, ਇਕੱਲੇ ਮਜ਼ਦੂਰ ਦਾ ਨਹੀਂ, ਇਕੱਲੇ ਜਿੱਦਾਂ ਕਹਿੰਦੇ ਕੋਈ ਅਮੀਰ ਘਰਾਣੇ ਦਾ ਨਹੀਂ ਜਾਂ ਧਰਮ ਦਾ ਨਹੀਂ, ਸਿਰਫ ਇਹ ਜਿਹੜਾ ਅੰਦੋਲਨ ਆ ਜਾਂ ਇਹ ਸੰਘਰਸ਼ ਆ ਨਾ, ਇਸ ਟਾਈਮ ਇੱਜ਼ਤਾਂ ਦੀ ਆਪਾਂ ਨੂੰ ਰਾਖੀ ਦਾ ਕਹਿ ਲਓ, ਧਰਮ ਦਾ ਕਹਿ ਲਓ,
ਇਹਦੇ ਵਿੱਚ ਸਾਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਆ। ਨੌਜਵਾਨ ਜੋ ਵੀ ਹੈ ਉਹਨਾਂ ਨੇ ਨੌਜਵਾਨਾਂ ਨੇ ਆਪਣੀ ਸਮਝਦਾਰ ਹੋਣ ਦਾ ਸਬੂਤ ਦਿੱਤਾ। ਬਿਲਕੁਲ ਬਿਲਕੁਲ ਉਹਨਾਂ ਨੇ ਗੱਲ ਕੀਤੀ ਔਰ ਅਸੀਂ ਚਲੋ ਆਪਣੀ ਗੱਲ ਆਪਣੀ ਮੀਡੀਆ ਦੇ ਨਾਲ ਸ਼ੇਅਰ ਕੀਤੀ। ਹੋ ਸਕਦਾ ਉਹ ਅੱਜ ਜਿੱਦਾਂ ਇੱਥੇ ਨੈੱਟ ਇੰਟਰਨੈੱਟ ਪ੍ਰੋਬਲਮ ਸੀਗੀ ਉਹ ਨਹੀਂ ਮਤਲਬ ਅਪਲੋਡ ਹੋਇਆ, ਪਰ ਉਹ ਹੋ ਸਕਦਾ ਕਿ ਅੱਜ ਰਾਤ ਤੱਕ ਅਪਲੋਡ ਹੋ ਜਾਏ ਸਾਰੇ ਚੈਨਲ 'ਤੇ। ਕਿਸਾਨੀ ਸੰਘਰਸ਼ ਸੰਬੰਧੀ ਸਾਰੀਆਂ ਅਪਡੇਟਸ ਜਾਣਨ ਲਈ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ।